ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦੀਆਂ ਖਤਮ ਹੋ ਗਈਆਂ ਜੀ ਤੇ ਗਰਮੀਆਂ ਆ ਗਈਆਂ ਵਾ, ਤੇ ਸਾਡੇ ਬੱਚੇ ਰਾਜਕੁਮਾਰ ਹੋਣੀ ਸਾਰੇ ਕੁਨਾਲ, ਅਰਜਨ, ਸਤਨਾਮ, ਹਰਜਾਪ, ਅਨਮੋਲ, ਜੱਸੀ, ਕੀਮਤੀ, ਗੁਰਪ੍ਰੀਤ, ਨਵਦੀਪ, ਸਾਰੇ ਬੱਚੇ। ਆਕਾਸ਼ ਦਾ ਅੱਜ ਜਨਮਦਿਨ, ਆਕਾਸ਼ ਅੱਜ ਜਨਮਦਿਨ ਵੀ ਹੈ ਤੇਰਾ ਭਾਈ। ਹੈਪੀ ਬਰਥਡੇ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜੀ ਅਸੀਂ ਆਪਣੇ ਹਰ ਇੱਕ ਬੱਚੇ ਦਾ ਜਨਮਦਿਨ ਦੀਆਂ ਖੁਸ਼ੀਆਂ ਇੱਥੇ ਮਨਾਉਂਦੇ ਰਹਿੰਦੇ ਹਾਂ। ਅਕਸਰ ਅੱਜ ਆਕਾਸ਼ ਦਾ ਜਨਮਦਿਨ ਆ, ਮਹਾਰਾਜ ਚੜ੍ਹਦੀ ਕਲਾ ਬਖਸ਼ਣ ਬੱਚਿਆਂ ਦਾ ਕੋਚ ਗੁਰਚਰਨ ਸਿੰਘ ਵੀ ਨਾਲ ਕੋਚਿੰਗ ਦੇ ਰਿਹਾ ਬੱਚਿਆਂ ਨੂੰ, ਸਵੀਮਿੰਗ ਵੀ ਸਿਖਾਈ ਜਾਂਦੀ ਆ, ਐਥਲੈਟਿਕ ਦੇ ਵੀ ਕੋਚ ਨੇ ਬੱਚੇ ਨਾਲ ਸਾਡੇ ਲੱਗੇ ਹੋਏ ਨੇ, ਪ੍ਰੇਮ ਸਿੰਘ ਜੀ ਹੁਣੀ ਅਤੇ ਨਿੱਪੀ ਪੀਰਾ ਸੰਗਰੂਰ ਤੋਂ, ਅਤੇ ਇੱਕ ਬਾਘਾ ਪੀ ਐੱਸ ਬਾਘਾ ਜੀ ਸਾਡੇ। ਇਹ ਬੱਚਿਆਂ ਨੇ ਹੁਣ ਖੇਡਾਂ ਹੋਣੀਆਂ ਵਾ ਗਾਹਾਂ, ਫਿਰ ਸਮਰ ਕੈਂਪ ਲੱਗ ਰਿਹਾ ਅਤੇ ਸਮੇਂ ਸਮੇਂ 'ਤੇ ਹਰ ਇੱਕ ਚੀਜ਼। ਅਤੇ ਇਹ ਪੂਲ ਵੀ ਅਸੀਂ 4 ਸਾਲ ਪਹਿਲਾਂ ਬਣਾਇਆ ਸੀ ਇੱਥੇ ਟੋਆ ਪੱਟ ਕੇ ਇੱਕ, ਕਿਉਂਕਿ ਹਰ ਗਰਮੀਆਂ ਦੇ ਵਿੱਚ ਬੱਚੇ ਫਿਰ ਉੱਥੇ ਵਾਟਰ ਪਾਰਕ ਜਾਂਦੇ ਸੀ, ਖਰਚਾ ਵੀ ਬਹੁਤ ਆਉਂਦਾ ਸੀ ਅਤੇ ਉੱਥੇ ਦਿੱਕਤ ਵੀ ਬਹੁਤ ਆਉਂਦੀ ਸੀ ਇਹਨਾਂ ਨੂੰ ਉੱਥੇ ਲੈ ਕੇ ਜਾਣ 'ਚ ਜਾਂ ਉੱਥੇ। ਉਹ ਵੀ ਗਾਂ ਸ਼ਾਇਦ ਚੰਗਾ ਨਹੀਂ ਸੀ ਸਮਝਦੇ ਜਿਹੜੇ ਵਾਟਰ ਪਾਰਕ ਲੋਕ ਆਉਂਦੇ ਸੀ ਜਾਂ ਵਾਟਰ ਪਾਰਕਾਂ ਦੇ ਮਾਲਕ ਸੀ। ਅਸੀਂ ਦੋ ਤਿੰਨ ਸਾਲ ਅਸੀਂ ਕਾਫੀ ਸਫ਼ਰ ਕੀਤਾ, ਫਿਰ ਅਸੀਂ ਇੱਥੇ ਹੁਣ ਪੂਲ ਬਣਾ ਲਿਆ ਸੀ। ਸਾਡੇ ਬੱਚੇ ਸਾਰੇ ਇੱਥੇ ਕਰਦੇ ਨੇ ਪੂਰਾ ਇੰਜੋਏ। ਤੁਹਾਡੀਆਂ ਦੁਆਵਾਂ, ਤੁਹਾਡੀਆਂ ਅਰਦਾਸਾਂ, ਤੁਹਾਡੀਆਂ ਸੀਸਾਂ ਸਦਕਾ ਜਿਹੜੇ ਬੱਚੇ ਕਿਸੇ ਟਾਈਮ ਸੀਵਰੇਜ ਦੀਆਂ ਪਾਈਪਾਂ 'ਚ ਸੌਣ ਲਈ ਮਜਬੂਰ ਸੀਗੇ ਅਤੇ ਅੱਜ ਉਹ ਆਪਣੀ ਜ਼ਿੰਦਗੀ ਦਾ ਹਰ ਲੁਤਫ ਲੈ ਰਹੇ ਨੇ ਜੀ। ਗੁਰੂ ਮਹਾਰਾਜ ਕਿਰਪਾ ਕਰਨ, ਅਰਦਾਸ ਕਰਿਓ। ਇਹਦੇ 'ਚ ਐਂ ਹੁੰਦਾ ਜਦੋਂ ਪੂਲ ਅਸੀਂ ਭਰਦੇ ਹਾਂ, ਪਹਿਲਾਂ ਇੱਕ ਦਿਨ ਕੁੜੀਆਂ ਨੂੰ ਦਿੰਦੇ ਹਾਂ ਅਸੀਂ, ਪਹਿਲਾਂ ਕੁੜੀਆਂ, ਫਿਰ ਦੂਸਰੇ ਦਿਨ ਬੋਆਇਜ਼, ਫਿਰ ਲੜਕੀਆਂ, ਫਿਰ ਬੋਆਇਜ਼, ਅਤੇ ਫਿਰ ਉਸ ਤੋਂ ਬਾਅਦ ਅਸੀਂ ਪੂਲ ਨੂੰ ਖੇਤਾਂ ਦੇ ਵਿੱਚ ਇਹ ਪਾਣੀ ਨੂੰ ਵਰਤ ਲੈਂਦੇ ਹਾਂ। ਫਿਰ ਹਰ 5 ਦਿਨਾਂ ਬਾਅਦ ਯਾਨੀ ਕਿ ਪੂਲ ਨੂੰ ਖਾਲੀ ਕਰਕੇ ਭਰਦੇ ਹਾਂ ਅਤੇ ਤਾਂ ਜੋ ਪਾਣੀ ਵੀ ਹਾਈਜੀਨ ਰਹੇ ਅਤੇ ਸਾਫ਼ ਸੁਥਰਾ ਰਹੇ। ਅਤੇ ਖੇਤਾਂ ਦੇ ਵਿੱਚ ਪਾਣੀ ਦੀ ਲੋੜ ਹੁੰਦੀ ਹੈ, ਇੱਥੋਂ ਪਾਈਪਾਂ ਪਾਈਆਂ ਹੋਈਆਂ ਵਾ, ਉਹ ਸਿੱਧਾ ਪਾਣੀ ਖੇਤ ਦੇ ਵਿੱਚ ਚਲੇ ਜਾਂਦਾ ਵਾ। ਅਰਦਾਸ ਕਰਿਓ ਸਾਡੇ ਸੁਪਨਿਆਂ ਦੇ ਘਰ ਦੇ ਇਹਨਾਂ ਆਉਣ ਵਾਲੇ ਸੁਪਨਿਆਂ ਦੇ ਸਰਦਾਰਾਂ ਨੂੰ, ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।